ਫਾਇਰਿੰਗ ਦੇ ਵਿੱਚ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੋ ਸਕੇ ਭੈਣ ਭਰਾ ਨੇ ਔਰ ਇੱਕ ਚਚੇਰਾ ਭਰਾ ਹੈ, ਯਾਨੀ ਕਿ ਤਿੰਨੇ ਇਹ ਭੈਣ ਭਰਾ ਨੇ ਜਿਨ੍ਹਾਂ ਦੀ ਮੌਤ ਹੋਈ ਹੈ। ਕਾਰ ਸਵਾਰ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਦੋ ਜ਼ਖਮੀਆਂ ਨੇ ਹਸਪਤਾਲ 'ਚ ਪਹੁੰਚ ਕੇ ਦਮ ਤੋੜ ਦਿੱਤਾ। ਤਾਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਹੈ ਜਿੱਥੋਂ ਦੇ ਬਾਹਰ ਦੀ ਇਹ ਘਟਨਾ ਹੈ। ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਘੇਰ ਕੇ ਅੰਨੇ ਵਾਹ ਫਾਇਰਿੰਗ ਕੀਤੀ। ਹਮਲਾਵਾਰਾਂ ਨੇ 20 ਤੋਂ ਜ਼ਿਆਦਾ ਰਾਊਂਡ ਫਾਇਰ ਕੀਤੇ ਨੇ। ਅੰਦਾਜ਼ਾ ਲਾਇਆ ਜਾ ਸਕਦਾ ਕਿ ਦਿਨ ਦਿਹਾੜੇ 20 ਤੋਂ ਜ਼ਿਆਦਾ ਗੋਲੀਆਂ ਚੱਲੀਆਂ ਹੋਣ, ਤਾਂ ਇਸ ਤਰੀਕੇ ਦੇ ਹਾਲਾਤ ਉਸ ਸਮੇਂ ਮੌਕੇ ਤੇ ਬਣੇ ਹੋਣਗੇ। ਮਰੇ ਮਰਨ ਵਾਲੇ ਦੇ ਵਿੱਚ ਇੱਕ ਦੀ ਪਛਾਣ ਦਿਲਦੀਪ ਸਿੰਘ ਦੇ ਵਜੋਂ ਹੋਈ ਹੈ ਔਰ ਦਿਲਦੀਪ ਦੀ ਭੈਣ, ਦਿਲਦੀਪ ਦਾ ਚਚੇਰਾ ਭਰਾ, ਤਿੰਨਾਂ ਦੀ ਮੌਤ ਹੋ ਗਈ ਹੈ। ਦਿਲਦੀਪ ਤੇ ਦੋ ਕਤਲ ਦੇ ਪਹਿਲਾਂ ਮਾਮਲੇ ਦਰਜ ਸਨ। ਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮ੍ਰਿਤਕ ਤੇ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਸਨ। ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ ਤਾਂ ਕਿਤੇ ਨਾ ਕਿਤੇ ਜੋ ਜਾਣਕਾਰੀ ਮਿਲ ਪਾ ਰਹੀ ਹੈ, ਗੈਂਗ ਵਾਰ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਗੈਂਗ ਵਾਰ ਦੀ ਇਹ ਘਟਨਾ ਵਾਪਰੀ ਹੋ ਸਕਦੀ ਹੈ। ਗੋਲੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਗੱਡੀ ਤੇ ਨਿਸ਼ਾਨ ਨੇ ਵੇਖੇ ਜਾ ਸਕਦੇ ਨੇ, ਇਹ ਕਾਊਂਟ ਕੀਤੇ ਜਾ ਸਕਦੇ ਨੇ। 1 ਤੋਂ ਲੈ ਕੇ 10 ਤੱਕ ਇਹ ਗੋਲੀਆਂ ਗੱਡੀ ਤੇ ਲੱਗੀਆਂ ਨੇ। ਕਿਵੇਂ ਇਹ ਸ਼ੀਸ਼ੇ ਤੋਂ ਆਰ ਪਾਰ ਗੋਲੀਆਂ ਹੋਈਆਂ ਨੇ, ਕਿਉਂਕਿ ਇਹਨਾਂ ਕਾਰ ਸਵਾਰਾਂ ਦੇ ਹੀ ਜਿਹੜੀਆਂ ਗੋਲੀਆਂ ਨੇ ਉਹ ਲੱਗੀਆਂ ਨੇ। ਹਾਲਾਂਕਿ ਬਿਲਕੁਲ ਅਗਰ ਗੱਲ ਕੀਤੀ ਜਾਏ ਕ੍ਰਾਈਮ ਆਫ ਸੀਨ, ਯਾਨੀ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ, ਅਜੇ ਤੱਕ ਇਸ ਵਾਲੀਆ ਨਿਸ਼ਾਨ ਬਣਿਆ ਹੋਇਆ ਹੈ, ਕਿਉਂਕਿ ਕਾਰ ਸਵਾਰ ਮਹਿਲਾ ਸੀ, ਉਸਨੇ ਮੌਕੇ ਤੇ ਦਮ ਤੋੜ ਦਿੱਤਾ। ਔਰ ਜਿਹੜੇ ਬਾਕੀ ਦੇ ਦੋ ਨੌਜਵਾਨ ਨੇ, ਜਿਹੜੇ ਭਰਾ ਨੇ, ਚਚੇਰੇ ਭਰਾ ਨੇ, ਉਹਨਾਂ ਨੇ ਜਿਹੜਾ ਹੈ ਹਸਪਤਾਲ 'ਚ ਦਮ ਤੋੜਿਆ ਸੀ। ਕਿ ਉਹ ਗੱਡੀ ਦੇ ਵਿੱਚ ਹੀ ਮੌਜੂਦ ਸੀ ਜਾਂ ਬਾਹਰ ਖੜ੍ਹੇ ਸਨ, ਇਹ ਸਾਰਾ ਅੱਜ ਇੱਕ ਜਾਂਚ ਦਾ ਵਿਸ਼ਾ ਹੈ। ਪਰ ਪਰਿਵਾਰ ਦਾ ਦੂਸਰੇ ਪਾਸੇ ਰੋ ਰੋ ਕੇ ਬੁਰਾ ਹਾਲ ਹੈ। ਵੱਲੋਂ ਗੋਲੀਬਾਰੀ ਕੀਤੀ ਗਈ, ਜਿੰਨੇ ਜ਼ਖਮੀ ਨੇ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ। ਸਰ ਮੌਤ ਦੀ ਵੀ ਗੱਲ ਕੀਤੀ ਜਾਵੇ ਕਿ ਮਹਿਲਾ ਤੇ ਔਰ ਵੀ ਮੌਤ ਵੀ ਹੋਈ? ਹਜੇ ਕਨਫਰਮ ਨਹੀਂ ਕਰ ਸਕਦੇ, ਅਜੇ ਹੋਸਪਿਟਲ ਲੈ ਕੇ ਗਈ ਹਾਂ ਸਾਰੇ ਜ਼ਖਮੀ ਜਿੰਨੇ ਗੱਡੀ ਵਿੱਚ ਮੌਜੂਦ ਸਨ ਉਹਨਾਂ ਨੂੰ, ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰਕੇ ਕੁਝ ਦੱਸ ਸਕਦੇ। ਸਰ ਕਿੰਨੇ ਗੱਡੀ ਪੂਰਾ ਕੀ ਹਾਦਸਾ ਹੋਇਆ ਸਰ, ਇੱਕ ਵਾਰ ਰਿਪੀਟ ਕਰ। ਗੋਲੀਆਂ ਬਹੁਤ ਜ਼ਿਆਦੀਆਂ ਲੱਗੀਆਂ ਹੋਈਆਂ ਸਰ, ਗੋਲੀ ਦੁਬਾਰਾ ਤੱਕ ਕਾਫੀ ਗੋਲ ਅਜੇ ਬਰਾਮਦ ਹੋਏ ਨੇ, ਉਹਨਾਂ ਦੀ ਗਿਣਤੀ ਕਰ ਰਹੇ ਕਿੰਨੇ ਗੋਲ ਇੱਥੋਂ ਬਰਾਮਦ ਹੋਏ। ਸਰ ਲੱਗ ਰਿਹਾ ਕਿ ਹਾਦਸਾ ਕੀ ਹੋਇਆ ਸਰ, ਪੂਰਾ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ, ਕਿਉਂਕਿ ਜੋ ਜ਼ਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਵੀ ਅਜੇ ਗੱਲਬਾਤ ਨਹੀਂ ਹੋ ਪਾਈ। ਉਹਨਾਂ ਸਾਰਿਆਂ ਨੂੰ ਰੀਸੈਂਟਲੀ ਜਿੰਨੇ ਸਿਵਲੀਅਨ ਸੀ ਆਸ ਪਾਸ ਹੋਸਪਿਟਲ ਲੈ ਗਏ ਨੇ, ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰਕੇ ਦੱਸ ਸਕਦੇ ਹਾਂ ਵੀ ਕੀ ਮਾਮਲਾ। ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਮਨਦੀਪ। ਲਗਾਤਾਰ ਅਸੀਂ ਦਰਸ਼ਕਾਂ ਤੱਕ ਇੱਕ ਜਾਣਕਾਰੀ ਪਹੁੰਚਾ ਰਹੇ ਹਾਂ, ਸਾਰੀ ਘਟਨਾ ਨੂੰ ਲੈ ਕੇ ਹਾਲੀ ਦੀ ਅਪਡੇਟ ਕੀ ਹੈ? ਬਿਲਕੁਲ, ਇਸ ਜਿਹੜੀ ਘਟਨਾ ਹੈ ਫਿਰੋਜ਼ਪੁਰ ਸ਼ਹਿਰ ਦੇ ਜਿਹੜਾ ਭੀੜ ਭਰ ਭਰਿਆ ਇਲਾਕਾ ਹੈ, ਫਿਰੋਜ਼ਪੁਰ ਜਿਹੜਾ ਗੁਰਦੁਆਰਾ ਸਾਹਿਬ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਬਾਅਦ ਇਹ ਘਟਨਾ ਘਟੀ ਹੈ, ਜਿੱਥੇ ਇੱਕ ਪਰਿਵਾਰ ਦੇ ਜਿਹੜੇ ਹੈ ਪੰਜ ਜੀ ਜਿਹੜੇ ਸੀਗੇ ਉਹ ਇੱਕ ਮਹਿਲਾ ਦੇ ਸਹੀ ਤੋਂ ਆਪਣੀ ਭੈਣ ਦੇ ਨਾਲ, ਚਾਰ ਜਿਹੜੇ ਭਰਾ ਹੈ ਕਿਉਂਕਿ ਜਿਹੜੀ ਮ੍ਰਿਤਕ ਹੈ ਜਸਪ੍ਰੀਤ ਕੌਰ ਉਸਦੀ ਵਿਆਹ ਸੀਗਾ 20 ਦਿਨ ਪਹਿਲਾਂ 20 ਦਿਨ ਬਾਅਦ, ਤੇ ਉਹ ਜਿਹੜਾ ਘਰੋਂ ਕੰਮ ਕਰਨ ਦੇ ਲਈ ਨਿਕਲੇ ਸੀ ਪਰਿਵਾਰ ਸਹਿਤ, ਤੇ ਇਹਨਾਂ ਦੇ ਉੱਪਰ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਸਵਾਰ ਹਮਲਾਵਾਰਾਂ ਨੇ ਗੋਲੀ ਚਲਾਈ ਔਰ ਇਸ ਅੰਧਾਧੁੰਦ ਫਾਇਰਿੰਗ ਦੇ ਵਿੱਚ ਜਿਹੜਾ ਹੈ ਤਿੰਨ ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ। ਇੱਕ ਭੈਣ ਹੈ ਔਰ ਉਸਦੇ ਦੋ ਚਚੇਰੇ ਭਰਾ ਨੇ ਜਿਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਦੋ ਜਿਹੜੇ ਹੈ ਭਰਾ ਜਿਹੜੇ ਘਾਇਲ ਹੋਏ ਆ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਇਹ ਦੱਸਿਆ ਜਾ ਰਿਹਾ ਕਿ ਇੱਕ ਜਿਸਦਾ ਦਿਲਦੀਪ ਸਿੰਘ ਹੈ ਉਹ ਜਿਸਦੀ ਮੌਤ ਹੋਈ ਹੈ ਉਸਦੇ ਉੱਪਰ ਵੀ ਜਿਹੜਾ ਹੈ ਉਸਦੇ ਕ੍ਰਿਮੀਨਲ ਰਿਕਾਰਡ ਹੈ, ਉਸਦੇ ਉੱਪਰ ਵੀ ਦੋ ਜਿਹੜੇ ਮੁਕੱਦਮੇ ਪਹਿਲਾਂ ਤੋਂ ਦਰਜ ਹੈ ਔਰ ਉਸਦੇ ਘਰ ਦੇ ਉੱਪਰ ਵੀ ਕੁਛ ਦਿਨ ਪਹਿਲਾਂ NIA ਦੀ ਰੇਡ ਹੋਈ ਸੀਗੀ ਔਰ ਇਸਦੇ ਉੱਪਰ ਇੱਕ 302 ਦਾ ਮੁਕੱਦਮਾ ਦਰਜ ਹੈ ਖਰੜ ਦਾ ਔਰ ਇਸ ਨੂੰ ਲੈ ਕੇ ਜਿਹੜਾ ਪੁਲਿਸ ਅਲੱਗ ਅਲੱਗ ਪਹਿਲੂਆਂ ਤੋਂ ਜਿਹੜੀ ਜਾਂਚ ਕਰ ਰਹੀ ਹੈ ਕਿ ਜਿਹੜੇ ਹਮਲਾਵਾਰ ਹੈ ਉਹਨਾਂ ਨੇ ਇਸ ਤਰ੍ਹਾਂ ਅੰਧਾਧੁੰਦ ਫਾਇਰਿੰਗ ਕੀਤੀ ਔਰ ਤਿੰਨ ਲੋਕਾਂ ਦੀ ਮੌਤ ਹੋ ਜਾਣਾ
ਕੀ ਇਹ ਕੋਈ ਗੈਂਗਵਾਰ ਸੀ ਜਾਂ ਹਮਲਾਵਰ ਕੌਣ ਸੀ, ਹਰ ਪਹਿਲੂ ਦੇ ਉੱਪਰ ਜਿਹੜਾ ਪੁਲਿਸ ਇਸ ਦੇ ਉੱਪਰ ਜਾਂਚ ਕਰ ਰਹੀ ਹੈ। ਆਸ ਪਾਸ ਦੇ ਜਿਹੜੇ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਆ, ਔਰ ਹੁਣ ਤੀਕਰ ਜਿਹੜੀ ਜਾਣਕਾਰੀ ਨਿਕਲੀ ਹੈ ਕਿ ਦੋ ਮੋਟਰਸਾਈਕਲਾਂ ਤੇ 4 ਤੋਂ 5 ਹਮਲਾਵਰ ਜਿਹੜੇ ਸਵਾਰ ਹੋ ਕੇ ਆਏ ਆ, ਮੂੰਹ ਉਹਨਾਂ ਨੇ ਢੱਕੇ ਹੋਏ ਸੀ, ਔਰ ਇਸ ਕਾਰ ਦੀ ਜਿਹੜਾ ਇਹਨਾਂ ਪਰਿਵਾਰਕ ਮੈਂਬਰਾਂ ਦੀ ਜਿਹੜਾ ਕਾਫੀ ਦੇਰ ਵੇਟ ਕਰਦੇ ਰਹੇ, ਔਰ 1 ਘੰਟੇ ਦੇ ਕਰੀਬ ਉਹਨਾਂ ਨੇ ਤਰੱਕੀ ਕੀਤੀ, ਔਰ ਜਦੋਂ ਇਹ ਕਾਰ ਆਈ ਉਹਨਾਂ ਨੇ ਆਪਣਾ ਇੱਕ ਮੋਟਰਸਾਈਕਲ ਅੱਗੇ ਲਾ ਕੇ ਇਸ ਕਾਰ ਨੂੰ ਰੋਕ ਲਿਆ, ਔਰ ਇਸ ਕਾਰ ਦੇ ਉੱਪਰ ਅੰਧਾਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ 3 ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ। ਇੱਕ ਮਨਦੀਪ, ਤੁਸੀਂ ਦੱਸ ਰਹੇ ਹੋ ਕਿ ਜਸਪ੍ਰੀਤ ਜੋ ਮਹਿਲਾ ਹੈ ਜਿਸ ਦੀ ਲੜਕੀ ਦੀ ਮੌਤ ਹੋਈ ਹੈ, ਉਸਦਾ ਵਿਆਹ ਸੀ 20 ਦਿਨ ਬਾਅਦ, ਉਹ ਕਾਰ ਸਵਾਰ ਦੱਸੀ ਜਾ ਰਹੀ ਹੈ, ਯਾਨੀ ਕਿ ਉਹ ਕਾਰ ਦੇ ਵਿੱਚ ਬੈਠੀ ਸੀ। ਅਗਰ ਕ੍ਰਾਈਮ ਆਫ ਸੀਨ ਨੂੰ ਤੁਹਾਡੇ ਜ਼ੁਬਾਨੀ ਅਸੀਂ ਸਮਝਣਾ ਹੋਵੇ ਤਾਂ ਕਿਵੇਂ ਸਾਰੀ ਘਟਨਾ ਵਾਪਰਦੀ ਹੈ, ਕਿ ਇਹ ਸਾਰੇ 5 ਦੇ 5 ਜਣੇ ਗੱਡੀ 'ਚ ਬੈਠੇ ਹੋਏ ਸੀ, ਔਰ ਕੀ ਬਾਈਕ ਸਵਾਰ ਆਉਂਦੇ ਨੇ, ਕੀ ਖੜੇ ਹੋਏ ਸਨ ਗੁਰਦੁਆਰਾ ਸਾਹਿਬ ਦੇ ਬਾਹਰ, ਖੜੇ ਸੀ ਮੱਥਾ ਟੇਕਣਾ ਸੀ ਜਾਂ ਟੇਕ ਕੇ ਆ ਗਏ ਸੀ, ਜਾਂ ਉਂਜ ਇੱਥੇ ਖੜੇ ਸੀ, ਕੀ ਪੂਰੀ ਜਾਣਕਾਰੀ ਹੈ ਸਾਰੇ ਅਗਰ ਕ੍ਰਾਈਮ ਆਫ ਸੀਨ ਦੀ ਗੱਲ ਕੀਤੀ ਜਾਏ? ਬਿਲਕੁਲ, ਇਹ ਜਿਹੜਾ ਪਰਿਵਾਰਕ ਮੈਂਬਰ ਸੀ, ਇੱਕੋ ਹੀ ਜਿਹੜੇ ਹੈ ਪਰਿਵਾਰ ਦੇ ਮੈਂਬਰ ਨੇ, ਚਾਚੇ ਤਾਇਆਂ ਦੇ ਜਿਹੜੇ ਬੱਚੇ ਹੈ, ਔਰ ਆਪਣੀ ਇੱਕ ਕਾਰ ਦੇ ਵਿੱਚ ਵਰਨਾ ਕਾਰ ਦੇ ਵਿੱਚ ਸਵਾਰ ਹੋ ਕੇ ਉੱਥੋਂ ਨਿਕਲ ਰਹੇ ਸੀ। ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਨਹੀਂ ਟੇਕਣਾ ਸੀ, ਇਹ ਇਹਨਾਂ ਨੇ ਬਸ ਉੱਥੋਂ ਨਿਕਲਣਾ ਸੀ, ਔਰ ਜਿਹੜੀ ਘਟਨਾ ਹੋਈ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਹੋਈ ਹੈ, ਔਰ ਮੋਟਰਸਾਈਕਲ ਜਿਹੜੇ ਸਵਾਰ ਸੀ ਉਹ ਪਹਿਲਾਂ ਹੀ ਉੱਥੇ ਇਹਨਾਂ ਦਾ ਇੰਤਜ਼ਾਰ ਕਰ ਰਹੇ ਸੀ, ਉਹਨਾਂ ਨੇ ਪਹਿਲਾਂ ਹੀ ਜਿਹੜਾ ਇਹਨਾਂ ਦੇ ਉੱਪਰ ਨਜ਼ਰ ਬਣਾਈ ਹੋਈ ਸੀ, ਅੱਗੇ ਜਾ ਕੇ ਇਹਨਾਂ ਨੂੰ ਰੋਕ ਲਿੱਤਾ ਗਿਆ ਮੋਟਰਸਾਈਕਲ ਅੱਗੇ, ਜਿਵੇਂ ਇੱਕ ਫਿਲਮੀ ਅੰਦਾਜ਼ ਦੇ ਵਿੱਚ ਮੋਟਰਸਾਈਕਲ ਅੱਗੇ ਲਾਇਆ, ਉਹਨਾਂ ਨੂੰ ਰੋਕਿਆ, ਮੋਟਰਸਾਈਕਲ ਡਿੱਗ ਪਿਆ, ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਉੱਪਰ ਜਿਹੜਾ ਚਸ਼ਮਦੀ ਦੱਸ ਰਿਹਾ ਵੀ 20 ਤੋਂ 30 ਫਾਇਰ ਜਿਹੜੇ ਆ ਕੀਤੇ ਗਏ, ਔਰ ਇਸ ਦੇ ਵਿੱਚ ਕਾਰ ਦੇ ਵਿੱਚ 5 ਲੋਕ ਸਵਾਰ ਸਨ, ਇੱਕ ਜਸਪ੍ਰੀਤ ਕੌਰ, ਇੱਕ ਦਲਦੀਪ ਸਿੰਘ, ਇੱਕ ਆਕਾਸ਼, ਔਰ ਉਸ ਦੋ ਉਸਦੇ ਜਿਹੜੇ ਚਚੇਰੇ ਭਰਾ ਸੀਗੇ, 5 ਜਿਹੜੇ ਆ ਨੌਜਵਾਨ ਹੈ, ਕਿਸੇ ਦੀ ਉਮਰ 25 ਸਾਲ ਹੈ, ਕਿਸੇ ਦੀ 20 ਹੈ, ਔਰ ਕਿਸੇ ਦੀ 26 ਸਾਲ ਹੈ। 5 ਜਿਹੜੇ ਨੌਜਵਾਨ ਉੱਥੋਂ ਘਰੋਂ ਨਿਕਲੇ ਸੀ, ਇਸ ਘਟਨਾ ਦੇ ਵਿੱਚ ਜਿਹੜੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਹਮਲਾਵਾਰਾਂ ਨੇ, ਉਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਜਿਸਦਾ 20 ਦਿਨ ਵਿਆਹ ਬਾਅਦ ਵਿਆਹ ਸੀਗਾ, ਔਰ ਉਸ ਦੇ ਦੋ ਚਚੇਰੇ ਭਰਾ ਜਿਹੜੇ ਦਿਲਦੀਪ ਔਰ ਆਕਾਸ਼, ਉਸਦੀ ਵੀ ਉਹਨਾਂ ਦੀ ਮੌਤ ਹੋ ਗਈ ਹੈ ਹਸਪਤਾਲ ਦੇ ਇਲਾਜ ਦੌਰਾਨ, ਔਰ 2 ਜਿਹੜੇ ਹੈ ਘਾਇਲ ਹੈ ਜਿਨ੍ਹਾਂ ਨੂੰ ਨਿੱਜੀ ਇੱਕ ਹਸਪਤਾਲ ਦੇ ਵਿੱਚ ਜਿਹੜਾ ਉੱਥੇ ਦਾਖਲ ਕਰਾਇਆ ਗਿਆ। ਠੀਕ ਹੈ, ਬਣੇ ਰਵਾਂਗੇ ਮਨਦੀਪ, ਤੁਸੀਂ ਬਣੇ ਰਹੋ ਸਾਡੇ ਨਾਲ, ਹੋਰ ਜਾਣਕਾਰੀ ਜ਼ਰੂਰ ਅਸੀਂ ਦਰਸ਼ਕਾਂ ਤੱਕ ਤੁਹਾਡੇ ਹਵਾਲੇ ਤੋਂ ਪਹੁੰਚਾਵਾਂਗੇ। ਪਰ ਇੱਕ ਬਿਆਨ ਆਇਆ ਹੈ, ਪਿਤਾ ਦਾ ਬਿਆਨ ਆਇਆ ਹੈ, ਕੀ ਕੁਝ ਕਹਿ ਰਹੇ ਨੇ ਉਹ ਪਹਿਲਾਂ ਬਿਆਨ ਸੁਣ ਲਈਏ, ਉਸ ਤੋਂ ਬਾਅਦ ਹੋਰ ਜਾਣਕਾਰੀ ਜ਼ਰੂਰ ਲਵਾਂਗੇ। ਸਵਾਲ ਬਹੁਤ ਸਾਰੇ ਨੇ, ਔਰ ਜਿਹੜੇ 2 ਜ਼ਖਮੀ ਨੇ ਉਹਨਾਂ ਦੀ ਕੀ ਇਸ ਵੇਲੇ ਹਾਲਤ ਆ ਵੀ ਜਾਣਾਂਗੇ, ਪਹਿਲਾਂ ਬਿਆਨ ਸੁਣਦੇ ਹਾਂ। ਫਿਰ ਹਮਲਾਵਰ ਪਿੱਛੋਂ ਆਏ ਆ, ਪਤਾ ਨਹੀਂ ਇਧਰੋਂ ਗੋਈ ਨਿਕਲਿਆ, ਗੋਈ ਉਡਗਾ, ਗੋਈ ਆਏ ਨਾ, ਗੋਈ ਆਏ। ਅੱਛਾ, ਹੈਗੇ ਨਹੀਂ ਸੀ ਇੱਥੇ, ਅੱਛਾ ਤੇ ਬਾਹਰ ਇੱਥੇ ਹੈਗਾ ਜੀ, ਤੇ ਗੱਡੀ ਦੇ ਉਹਨਾਂ ਨੇ ਫਾਇਰ ਕੀਤੇ ਜੀ? ਮੈਨੂੰ ਇਹ ਨਹੀਂ ਪਤਾ ਜੀ, ਮੈਂ ਦੇਖਿਆ ਤੇ ਦੇ ਫਾਇਰ ਤਾਂ ਹੋਏ, ਦੇਖਦੇ ਪਏ ਤੁਹਾਨੂੰ ਕਾਰ ਤੇ, ਤੁਸੀਂ ਵੇਖ ਹੀ ਆਏ, ਤੁਹਾਨੂੰ ਪਤਾ ਲੱਗੇਗਾ ਜਦ ਸਾਰਾ ਕੁਝ ਕੀ ਪਤਾ ਚੱਲੇਗਾ। ਇਹਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਜੀ, ਜਿੰਨੇ ਜ਼ਖਮੀ ਨੇ ਉਹਨੂੰ ਹਸਪਤਾਲ ਲੈ ਜਾਇਆ ਗਿਆ। ਸਰ ਮੌਤ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਮਹਿਲਾ ਤੇ ਔਰ ਵੀ ਮੌਤ ਵੀ ਹੋਈ ਹੈ? ਹਜੇ ਕਨਫਰਮ ਨਹੀਂ ਕਰ ਸਕਦੇ, ਅਜੇ ਹਸਪਤਾਲ ਲੈ ਕੇ ਗਏ ਹਾਂ ਸਾਰੇ ਜ਼ਖਮੀ ਜਿੰਨੇ ਗੱਡੀ ਵਿੱਚ ਮੌਜੂਦ ਸਨ ਉਹਨਾਂ ਨੂੰ, ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰਕੇ ਕੁਝ ਦੱਸ ਸਕਦੇ। ਸਰ ਕਿੰਨੇ ਗੱਡੀ ਦੀ ਪੂਰਾ ਕੀ ਹਾਦਸਾ ਹੋਇਆ ਸਰ, ਇੱਕ ਵਾਰੀ ਰਿਪੀਟ ਕਰ? ਗੋਲੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸਰ, ਗੋਲੀ ਤੋਂ ਬਾਅਦ ਕਾਫੀ ਕੋਲ ਅਜੇ ਬਰਾਮਦ ਹੋਏ ਨੇ, ਉਹਨਾਂ ਦੀ ਗਿਣਤੀ ਕਰ ਰਹੇ ਹਾਂ ਕਿੰਨੇ ਕੋਲ ਤੋਂ ਬਰਾਮਦ ਹੋਏ ਨੇ। ਸਰ ਲੱਗ ਰਿਹਾ ਕੀ ਹਾਦਸਾ ਕੀ ਹੋਇਆ ਸਰ, ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ, ਕਿਉਂਕਿ ਜੋ ਜ਼ਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਵੀ ਅਜੇ ਗੱਲਬਾਤ ਨਹੀਂ ਹੋ ਪਾਈ,
ਉਹਨਾਂ ਸਾਰਿਆਂ ਨੂੰ ਇੰਸਟੈਂਟਲੀ ਜਿੰਨੇ ਸਿਵਲੀਅਨ ਸੀ ਆਸ ਪਾਸ ਹਸਪਤਾਲ ਲੈ ਗਏ ਜੀ, ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰਕੇ ਦੱਸ ਸਕਦੇ ਹਾਂ ਵੀ। ਤਾਂ ਬਿਲਕੁਲ ਪੁਲਿਸ ਜੇ ਕਹਿ ਰਹੀ ਹੈ ਕਿ ਅਜੇ ਕਨਫਰਮ ਨਹੀਂ ਕਰ ਸਕਦੇ, ਬਹੁਤ ਸਾਰੀਆਂ ਗੋਲੀਆਂ ਬਰਾਮਦ ਹੋਈਆਂ ਨੇ, 20 ਤੋਂ ਰਾਊਂਡ ਜ਼ਿਆਦਾ ਦੱਸੇ ਜਾ ਰਹੇ ਨੇ ਜਦੋਂ ਮੌਕੇ 'ਤੇ ਚੱਲੇ ਨੇ। ਮਨਦੀਪ ਮੇਰੇ ਸਹਿਯੋਗੀ ਲਗਾਤਾਰ ਮੌਜੂਦ ਨੇ। ਮਨਦੀਪ, ਇੱਕ ਤੌਰ 'ਤੇ ਜਾਣਨਾ ਚਾਹਾਂਗੇ ਜਿਹੜੇ 2 ਹੋਰ ਜ਼ਖਮੀ ਇਹਨਾਂ ਦੇ ਭਰਾ ਦੱਸੇ ਜਾ ਰਹੇ ਨੇ, ਉਹਨਾਂ ਦੀ ਹਾਲਤ ਕੀ ਹੈ, ਕਿਉਂਕਿ ਸੁਭਾਵਿਕ ਤੌਰ 'ਤੇ ਉਹਨਾਂ ਦੇ ਵੀ ਗੋਲੀਆਂ ਲੱਗੀਆਂ ਹੋਣਗੀਆਂ। ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਮਾਮਲੇ ਦੱਸੇ ਜਾ ਰਹੇ ਨੇ ਦਲਦੀਪ 'ਤੇ ਦੱਸੇ ਜਾ ਰਹੇ ਨੇ, 2 ਕਤਲ ਦੇ ਮਾਮਲੇ ਨੇ। ਔਰ ਇਸ ਤੋਂ ਇਲਾਵਾ ਕੀ ਆਕਾਸ਼ ਦਾ ਵੀ ਕੋਈ ਪਿਛਲਾ ਕ੍ਰਾਈਮ ਰਿਕਾਰਡ ਹੈ? ਔਰ ਜੇਕਰ ਲੜਕੀ ਦੀ ਗੱਲ ਕੀਤੀ ਜਾਵੇ ਕਿ ਉਹ ਸਿਰਫ ਨਾਲ ਬੈਠੀ ਸੀ ਇਸ ਕਰਕੇ ਉਸਨੂੰ ਖਮਿਆਜ਼ਾ ਭੁਗਤਣਾ ਪੈ ਗਿਆ, ਜਾਂ ਫਿਰ ਉਸਦਾ ਵੀ ਕੁਝ ਕੋਈ ਜਾਣਕਾਰੀ ਹੈ ਇਸ ਦੇ ਬਾਬਤ? ਬਿਲਕੁਲ, ਜੇ ਗੱਲ ਕਰੀਏ ਤੇ ਹਜੇ ਤੀਕਰ ਜਿਹੜਾ ਜਾਂਚ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕੋ ਹੀ ਜਿਹੜਾ ਦਲਦੀਪ ਹੈ ਉਸਦੇ ਉੱਪਰ ਖਰੜ ਦੇ ਬੰਦੋੜ ਦੇ ਵਿੱਚ, ਫਿਰੋਜ਼ਪੁਰ ਦਾ 2 ਇਲਾਕੇ ਹੈ ਜਿੱਥੇ 2 ਮਾਮਲੇ ਦਰਜ ਹੈ, 302 ਦਾ, ਔਰ ਇੱਕ ਹੋਰ ਕ੍ਰਿਮੀਨਲ ਜਿਹੜਾ ਬੰਦੋੜ ਦੇ ਵਿੱਚ ਆਰਮੈਕ ਦਾ ਮਾਮਲਾ ਦਰਜ ਹੈ, ਔਰ ਬਾਕੀ ਦੇ ਜਿਹੜੇ ਹੈ ਉਹਨਾਂ ਦੀ ਹਜੇ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੋਈ ਹੋਰ ਭਰਾ ਦੇ ਖਿਲਾਫ਼ ਵੀ ਕੋਈ ਮਾਮਲਾ ਦਰਜ ਹੈ। ਔਰ ਜੇ ਜ਼ਾਹਿਰ ਦੀ ਜ਼ੋਰ ਗੌਰ ਦੀ ਗੱਲ ਹੈ ਕਿ ਜੇ ਉਸਦੀ ਭੈਣ ਆ ਜਿਹੜੀ ਉਸਦੀ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀਗੇ ਉਸਦੇ ਨਾਲ ਗਈ, ਔਰ ਕਿਤੇ ਨਾ ਕਿਤੇ ਉਸਨੂੰ ਵੀ ਇਸ ਘਟਨਾ ਦਾ ਖਮਿਆਜ਼ਾ ਭੁਗਤਣਾ ਪਿਆ ਕਿ ਇਸ ਤਰ੍ਹਾਂ ਫਾਇਰਿੰਗ ਹੋਈ, ਔਰ ਫਾਇਰਿੰਗ ਦੇ ਵਿੱਚ 3 ਦੀ ਜਿਹੜੀ ਹੈ ਮੌਤ ਹੋ ਗਈ, ਚਚੇਰੇ ਭੈਣ ਭਰਾ ਨੇ, ਔਰ 2 ਭਰਾ ਜਿਹੜੇ ਆ ਹੁਣ ਵੀ ਜ਼ਿੰਦਗੀ ਜੀ ਮੌਤ ਨਾਲ ਲੜ ਰਹੇ ਆ ਕਿਉਂਕਿ ਉਹਨਾਂ ਨੂੰ ਵੀ ਗੋਲੀ ਲੱਗੀ ਆ, ਉਹਨਾਂ ਦਾ ਵੀ ਇਲਾਜ ਚੱਲ ਰਿਹਾ, ਔਰ ਕਿਤੇ ਨਾ ਕਿਤੇ ਇੱਕ ਮਾਤਮ ਦਾ ਮਾਹੌਲ ਵੀ ਹੈ, ਔਰ ਸੋਗ ਦੀ ਲਹਿਰ ਵੀ ਹੈ। ਔਰ ਫਿਰੋਜ਼ਪੁਰ ਦੇ ਕਿਤੇ ਨਾ ਗੱਲ ਕਰੀਏ ਤੇ ਇਲਾਕੇ ਦੇ ਲੋਕ ਜਿਹੜੇ ਸਹਿਮੇ ਹੋਏ ਆ ਕਿਉਂਕਿ ਜਿੱਥੇ ਘਟਨਾ ਘਟੀ ਹੈ ਇੱਕ ਭੀੜ ਭਰਿਆ ਇਲਾਕਾ, ਸੈਂਕੜੇ ਹਜ਼ਾਰੇ ਲੋਕ ਜਿਹੜੇ ਆ। ਮਨਦੀਪ, ਚਸ਼ਮਦੀਦ ਵੀ ਹੋਏਗਾ ਜਿਸਨੇ ਸਾਰਾ ਵਾਕਿਆ ਦੇਖਿਆ ਹੋਏਗਾ, ਕੋਈ ਬਿਆਨ ਨਹੀਂ ਆਇਆ ਸਾਹਮਣੇ, ਕੋਈ ਗੱਲਬਾਤ ਕੀਤੀ ਗਈ ਹੋਏ? ਬਿਲਕੁਲ, ਜੇ ਚਸ਼ਮਦੀਦਾਂ ਨਾਲ ਗੱਲ ਕੀਤੀ ਗਈ ਹੈ ਤਾਂ ਬਿਲਕੁਲ ਸਹਿਮੇ ਹੋਏ ਸੀ ਕਿਉਂਕਿ ਰਾਹਗੀਰ ਨਿਕਲ ਜ਼ਰੂਰ ਰਹੇ ਸੀ ਪਰ ਜਦੋਂ ਇੱਕ ਵਾਰ ਉੱਥੇ ਹਫੜਾ ਗੋਲੀ ਚੱਲਦੀ ਹੈ ਔਰ ਕੋਈ 1 ਰਾਊਂਡ ਨਹੀਂ 2 ਰਾਊਂਡ ਨਹੀਂ ਕਰੀ 20 ਤੋਂ 30 ਰਾਊਂਡ ਫਾਇਰਿੰਗ ਹੋਈ ਔਰ 2 ਸਾਈਡਾਂ ਤੋਂ ਹੀ ਜਿਹੜਾ ਹੈ ਹਮਲਾਵਰ ਲਗਾਤਾਰ ਗੋਲੀਆਂ ਚਲਾ ਰਹੇ ਸੀ ਜੋ ਚਸ਼ਮਦੀਦਾਂ ਨੇ ਦੱਸਿਆ ਔਰ ਫਿਲਮੀ ਸਟਾਈਲ ਦੇ ਨਾਲ ਹੀ ਜਿਵੇਂ ਫਿਲਮੀ ਅੰਦਾਜ਼ ਹੁੰਦਾ ਉਸ ਤਰ੍ਹਾਂ ਉਹਨਾਂ ਨੇ ਮੋਟਰਸਾਈਕਲ ਅੱਗੇ ਲਾਇਆ, ਕਾਰ ਰੋਕੀ ਔਰ ਰੋਕਣ ਤੋਂ ਬਾਅਦ ਉਹਨਾਂ ਤੇ ਫਾਇਰਿੰਗ ਕੀਤੀ। ਫਾਇਰਿੰਗ ਕਰਨ ਤੋਂ ਬਾਅਦ ਜਦੋਂ ਤੱਕ ਕੁਝ ਤੜਫਦੇ ਹੋਏ ਲੋਕ ਜਿਹੜੇ ਇੰਜਰਡ ਹੋਏ ਸੀ ਬਾਹਰ ਨਹੀਂ ਡਿੱਗੇ ਉਹਨਾਂ ਦੇਰ ਉਹ ਨਹੀਂ ਨਿਕਲੇ ਉੱਥੋਂ ਔਰ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਨੁਕਸਾਨਿਆ ਗਿਆ ਸੀ ਹਮਲਾਵਾਰਾਂ ਦਾ, ਉਹ ਆਪਣਾ ਮੋਟਰਸਾਈਕਲ ਛੱਡ ਕੇ ਔਰ ਦੂਸਰੇ ਕਿਸੇ ਰਾਹਗੀਰ ਨੂੰ ਰੋਕ ਕੇ ਉਸ ਤੋਂ ਪਿਸਤੌਲ ਤਾਣ ਕੇ ਉਸਦਾ ਮੋਟਰਸਾਈਕਲ ਖੋ ਕੇ ਉਹ ਉੱਥੋਂ ਫਰਾਰ ਹੋ ਗਏ ਔਰ ਇਸ ਘਟਨਾ ਨੂੰ ਜਿਹੜਾ ਕਰੀਬ ਕਰੀਬ 5 ਮਿੰਟ ਲੱਗੇ ਹੋਣਗੇ ਔਰ 5 ਮਿੰਟ ਦੇ ਵਿੱਚ ਲੋਕ ਜਿਹੜੇ ਸੀ ਆਲੇ ਦੁਆਲੇ ਦੇ ਉਹ ਇੱਕ ਸਹਿਮ ਸੀ ਔਰ ਨਜ਼ਰ ਆ ਰਿਹਾ ਸੀ ਪਰ ਕੋਈ ਲੋਕ ਕੁਛ ਕਰ ਨਹੀਂ ਸਕਦੇ ਸੀ ਕਿਉਂਕਿ ਹਮਲਾਵਾਰਾਂ ਦੇ ਹੱਥ 'ਚ ਹਥਿਆਰ ਸੀਗੇ ਔਰ ਲਗਾਤਾਰ ਉਹ ਫਾਇਰਿੰਗ ਕਰ ਰਹੇ ਸੀ। ਜਦੋਂ ਮਹਿਲਾ ਬਾਹਰ ਡਿੱਗਦੀ ਹੈ ਉਸਨੂੰ ਕੱਢਦੇ ਆ, ਖੂਨੋ ਖੂਨ ਕਾਰ ਜਿਹੜੀ ਹੈ ਉਹ ਖੂਨ ਨਾਲ ਲਥਪਥ ਹੋ ਜਾਂਦੀ ਹੈ, ਭਰਾ ਜਿਹੜੇ ਹੈ ਉਹ ਵੀ ਜਿਹਦੇ ਇੰਜਰਡ ਹੋ ਜਾਂਦੇ ਆ ਤੇ ਬਾਹਰ ਸੜਕ ਤੇ ਡਿੱਗ ਜਾਂਦੇ ਆ ਔਰ ਲੋਕਾਂ ਵੱਲੋਂ ਹੀ ਜਿਹੜਾ ਉਹਨਾਂ ਨੂੰ ਚੱਕ ਕੇ ਜਿਹੜਾ ਆਟੋ ਦੇ ਵਿੱਚ ਸਵਾਰ ਕਰਕੇ ਉਹਨਾਂ ਨੂੰ ਭੇਜਿਆ ਗਿਆ ਨਿੱਜੀ ਹਸਪਤਾਲ, ਪਰ ਕਿਤੇ ਨਾ ਕਿਤੇ ਜਿਹੜਾ ਹਸਪਤਾਲ ਉਹ ਪਹੁੰਚਦੇ ਹੁਣ ਇਲਾਜ ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜੀ ਹੈ 3 ਜਣਾਂ ਦੀ ਮੌਤ ਹੋ ਗਈ ਹੈ। ਜਿਵੇਂ ਬੁਲੇਟਸ ਲੱਗੇ ਹੋਏ ਨੇ, ਦੇਖੋ ਕਾਰ ਤੇ ਬੁਲੇਟਸ ਲੱਗੇ ਹੋਏ ਨੇ, ਹਾਲਾਂਕਿ ਇਹ ਜਾਂਚ ਦਾ ਵਿਸ਼ਾ ਕਿ ਕਿੰਨੀ ਨੇੜੇ ਤੋਂ ਫਾਇਰਿੰਗ ਹੋਈ ਹੈ, ਪਰ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਾਫੀ ਨੇੜੇ ਤੋਂ ਇੱਥੇ ਫਾਇਰਿੰਗ ਹੋ ਸਕਦੀ ਹੈ। ਇਹ ਜੋ ਹਮਲਾਵਰ ਨੇ, ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਇਹਨਾਂ ਨੇ ਕਿਸੇ ਹੋਰ ਦੀ ਬਾਈਕ ਖੋਈ, ਫਿਰ ਪਿਸਤੌਲ ਤਾਣੀ, ਫਿਰ ਉਹਨਾਂ ਦੀ ਬਾਈਕ ਲੁੱਟ ਕੇ ਚਲੇ ਗਏ, ਆਪਣੀ ਬਾਈਕ ਉਹਨਾਂ ਦੀ ਖਰਾਬ ਹੋ ਗਈ ਸੀ, ਐਕਸਪਰਟ ਲੱਗਦੇ ਨੇ ਜਾਂ ਅੱਗੇ ਜਿਹੜੇ ਕਿਸ ਤਰੀਕੇ ਦੇ ਨਾਲ, ਕਿਉਂਕਿ ਗੁਰਗੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਨੇ ਫਿਰ ਹਮਲਾ ਕੀਤਾ ਜਾਂਦਾ, ਜਾਂ ਫਿਰ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਗੈਂਗ ਵਾਰ ਦਾ ਇਹ ਕੋਈ ਖਦਸ਼ਾ ਹੈ, ਉਸ ਦੇ ਸੰਦਰਭ ਦੇ ਵਿੱਚ ਕੋਈ ਖੁਦ ਹੀ ਆਇਆ ਹੈ, ਉਸਨੇ ਆਪਣਾ ਇਸ ਕਿਸਮ ਦੇ ਨਾਲ ਬਦਲਾ ਲਿਆ ਜਾਂ ਕੁਛ ਵੀ, ਕਿਉਂਕਿ ਇਹ ਆਪਸੀ ਰੰਜਿਸ਼ ਤਾਂ ਦੇਖੋ ਸਾਫ਼ ਹੈ, ਅਚਨਚੇਤ ਆ ਕੇ ਕਿਸੇ ਤੋਂ ਕੋਈ ਐਵੇਂ ਹਮਲਾ ਤਾਂ ਨਹੀਂ ਕਰਦਾ।
ਹਾਂ ਬਿਲਕੁਲ, ਕਿਉਂਕਿ ਸਭ ਦੇ ਵਿੱਚ ਇੱਕ ਘੜੀ ਜਿਹੜੀ ਅਹਿਮ ਘੜੀ ਹੈ ਉਹ ਦਿਲਦੀਪ ਦੇ ਉੱਪਰ ਖਰੜ ਦਾ ਵਿੱਚ ਆਰਮ ਐਕਟ ਤੇ 302 ਦਾ ਮਾਮਲਾ ਦਰਜ ਹੈ ਔਰ 302 ਦਾ ਹੱਤਿਆ ਦਾ ਮਾਮਲਾ ਹੈ ਔਰ ਕਿਤੇ ਨਾ ਕਿਤੇ ਪੁਲਿਸ ਇਸ ਪਹਿਲੂ ਨਾਲ ਦੇਖ ਰਹੀ ਹੈ ਕਿ ਕੀ ਇਹ ਬਦਲਾਖੋਰੀ ਹੈ ਜਾਂ ਗੈਂਗਵਾਰ ਹੈ ਔਰ ਜਿਹੜੇ ਜਿਹਨਾਂ ਨੇ ਹਥਿਆਰੇ ਸੀਗੇ ਜਿਹੜੇ ਸ਼ੂਟ ਕਰ ਰਹੇ ਸੀ ਉਹ ਪੂਰੇ ਐਕਸਪਰਟ ਲੱਗ ਰਹੇ ਸੀ ਕਿਉਂਕਿ ਹਥਿਆਰਿਆਂ ਨੇ ਮੂੰਹ ਆਪਣਾ ਢੱਕਿਆ ਹੋਇਆ ਸੀ ਔਰ ਪੂਰੇ ਫਿਲਮੀ ਅੰਦਾਜ਼ ਨਾਲ ਜਿਵੇਂ ਕ੍ਰਿਮੀਨਲ ਜਿਹੜੇ ਹੁੰਦੇ ਨੇ ਅਪਰਾਧਿਕ ਲੋਕ ਹੁੰਦੇ ਨੇ ਉਹ ਜਿਵੇਂ ਫਾਇਰਿੰਗ ਕਰਦੇ ਆ ਕੋਲ ਆਉਂਦੇ ਆ ਉਹ ਰੋਕਦੇ ਆ ਰੋਕ ਕੇ ਬਿਲਕੁਲ ਉਹਨਾਂ ਨੇ ਨਿਸ਼ਾਨਾ ਆਪਣੀ ਬੰਦੂਕ ਦਾ ਬਣਾਇਆ ਉਹਨਾਂ ਦੇ ਹੱਥ 'ਚ ਪਿਸਟਲ ਸੀਗੇ ਔਰ ਉਹਨਾਂ ਦੇ ਨਾਲ ਉਹਨਾਂ ਨੇ ਗੋਲੀ ਚਲਾਈ ਹੈ ਇਹ ਕਿਤੇ ਨਾ ਕਿਤੇ ਗੁਰਗੇ ਹੋ ਸਕਦੇ ਆ ਬਦਲਾਖੋਰੀ ਹੋ ਸਕਦੀ ਹੈ ਗੈਂਗਵਾਰ ਹੋ ਸਕਦੀ ਹੈ ਪੁਲਿਸ ਜਿਹੜੀ ਹੈ ਆਸ ਪਾਸ ਦੇ ਜਿਹੜੇ CCTV ਫੁਟੇਜ ਖੰਗਾਲ ਰਹੀ ਹੈ ਹਰ ਪਹਿਲੂ ਤੇ ਜਿਹੜਾ ਹੈ ਫੋਰੈਂਸਿਕ ਲੈਬ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਨੇ ਕਈ ਜਿਹੜੇ ਹੈ ਡੋਕਸਕੋਟ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਨੇ ਪੁਲਿਸ ਦੇ ਵੱਡੇ ਅਧਿਕਾਰੀ ਉੱਥੇ ਪਹੁੰਚੇ ਆ ਕਿਉਂਕਿ ਇਹ ਛੋਟੀ ਗੱਲ ਨਹੀਂ ਹੈ ਕਿ 5 ਲੋਕ ਗੋਲੀ ਨਾਲ ਜ਼ਖਮੀ ਹੋਣੇ ਤਿੰਨਾਂ ਦੀ ਮੌਤ ਹੋ ਜਾਣੀ ਔਰ ਸ਼ਹਿਰ ਦੇ ਭੀੜ ਭਰੇ ਇਲਾਕੇ ਦੇ ਵਿੱਚ ਜਿਹੜੇ ਹਮਲਾਵਾਰਾਂ ਨੇ ਉਹਨਾਂ ਨੂੰ ਰੋਕਿਆ ਰੋਕ ਕੇ ਉਹਨਾਂ ਤੇ ਫਾਇਰਿੰਗ ਕਰਨੀ ਇਹ ਕਿਤੇ ਨਾ ਕਿਤੇ ਇੱਕ ਵੱਡੇ ਸਵਾਲ ਨੇ ਜਿਸ ਦੀ ਜਿਹੜੀ ਹੈ ਲੋਕ ਵੀ ਚਾਹੁੰਦੇ ਆ ਕਿ ਇਸ ਸਵਾਲਾਂ ਦਾ ਜਿਹੜਾ ਜਵਾਬ ਮਿਲੇ ਲੋਕਾਂ ਨੂੰ ਔਰ ਲੋਕ ਜੇ ਇੱਕ ਵਾਰ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਆਲਾ ਦੁਆਲਾ ਸਾਰਾ ਦੁਕਾਨਾਂ ਨੇ ਘਰ ਨੇ ਗੁਰਦੁਆਰਾ ਸਾਹਿਬ ਹੈ ਲੋਕ ਉੱਥੇ ਆਉਂਦੇ ਜਾਂਦੇ ਹੈ ਹਜ਼ਾਰਾਂ ਲੋਕਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਮੌਜੂਦ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਿਆ ਔਰ ਉਸ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਵੀ ਖਬਰਾਂ ਵਾਇਰਲ ਹੋ ਰਹੀਆਂ ਨੇ ਬਿਲਕੁਲ ਮਨਦੀਪ ਬਿਲਕੁਲ ਬਹੁਤ ਵੱਡੀ ਘਟਨਾ ਹੈ ਦਹਿਸ਼ਤ ਦਾ ਮਾਹੌਲ ਹੈ ਬਣੇ ਰਹੋ ਤੁਸੀਂ ਸਾਡੇ ਨਾਲ ਲਗਾਤਾਰ ਅਸੀਂ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਅਸੀਂ ਜਿਹੜੀਆਂ ਨਵੀਆਂ ਪਿਕਚਰਸ ਨੇ ਉਹ ਵੀ ਦਿਖਾ ਰਹੇ ਹਾਂ ਯਾਨੀ ਕਿ ਜਿਹੜੇ ਮਰਨ ਵਾਲੇ ਇਹ 3 ਜਣੇ ਨੇ ਇਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਨੇ ਇੱਕ 27 ਸਾਲ ਉਮਰ ਹੈ ਇੱਕ 23 ਸਾਲ ਉਮਰ ਹੈ ਇੱਕ 24 ਸਾਲ ਉਮਰ ਹੈ ਜਸਪ੍ਰੀਤ ਕੌਰ ਇਹ 24 ਸਾਲ ਉਮਰ ਜੋ ਮਹਿਲਾ ਹੈ ਇਸ ਦਾ 20 ਦਿਨ ਵਿਆਹ ਬਾਅਦ ਜਿਹੜਾ ਹੈ ਉਹ ਵਿਆਹ ਸੀਗਾ ਤਾਂ ਇਹ ਲੜਕੀ ਦੀ ਮੌਤ ਹੋ ਗਈ ਹੈ ਔਰ ਸਭ ਤੋਂ ਪਹਿਲਾਂ ਇਸੇ ਦੀ ਮੌਤ ਹੁੰਦੀ ਹੈ ਜਦੋਂ ਇਹ ਖੂਨ ਦੇ ਨਾਲ ਲਖਪਤ ਗੱਡੀ ਦੇ ਵਿੱਚੋਂ ਡਿੱਗਦੀ ਹੈ ਪੂਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਬਹੁਤ ਦਿਲ ਦਹਿਲਾ ਦੇਣ ਵਾਲਾ ਉਹ ਸੀਨ ਹੋਏਗਾ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ SP ਦੀਦੀ ਵਿਆਹ ਜਿਹੜਾ ਬਿਆਨ ਹੈ ਬਾਈ ਉਸ ਵਿੱਚ ਤੁਹਾਨੂੰ ਸੁਣਵਾਉਂਦੇ ਕਿ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਜਾਣਕਾਰੀ ਦਿੱਤੀ ਗਈ ਹੈ ਤਾਂ ਹੋਰ ਵੀ ਜਿਹੜੀ ਤਫਤੀਸ਼ ਜਿਹੜੀ ਚੱਲ ਰਹੀ ਹੈ ਪਰ ਹੋਰ ਪੁਆਇੰਟਸ ਜਿਹੜੇ ਇਸ ਦੇ ਵਿੱਚ ਬਹੁਤ ਅਹਿਮ ਨੇ ਸਵਾਲ ਕੀ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਬਿਆਨ ਸੁਣੀਏ ਰਣਦੀਪ ਕੁਮਾਰ ਜੀ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਪਰ ਵੱਡੀ ਵਾਰਦਾਤ ਵਾਪਰੀ ਹੈ ਕੀ ਕੁਝ ਪਤਾ ਲੱਗ ਸਕਿਆ ਹੁਣ ਤੱਕ ਕੌਣ ਸੀ ਹਮਲਾਵਰ ਤੇ ਮਰਨ ਵਾਲੇ ਕੌਣ ਨੇ ਅਜੇ ਬੰਸੀ ਗੇਟ ਦਾ ਜਿਹੜਾ ਏਰੀਆ ਹੈ ਉੱਥੇ ਅਣਪਛਾਤੇ ਵਿਅਕਤੀ ਨੇ ਗੋਲੀ ਚਲਾਈ ਸੀ ਜਿਹੜਾ ਮਰਨ ਜਿਸ ਤੇ ਗੋਲੀ ਵੱਜੀ ਹੈ ਦਿਲਜੀਤ ਉਸ ਤੇ ਪਹਿਲੇ 2 ਮਰਡਰ ਦੇ ਮੁਕਦਮੇ ਆਲਰੇਡੀ ਦਰਜ ਸਨ ਇੱਕ ਮੋਹਾਲੀ ਮਰਡਰ ਦਾ ਮੁਕਦਮਾ ਦਰਜ ਸੀ ਤੇ ਇੱਕ ਜਿਹੜਾ ਹੈਗਾ ਮਮਦੋਟ ਫਿਰੋਜ਼ਪੁਰੀ ਦਰਜ ਸੀ ਜਿਵੇਂ ਗੋਲੀ ਵੱਜੀ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਜਿਹੜੇ ਇੰਜਰਡ ਹੈ ਉਹਨੂੰ ਛੇਤੀ ਛੇਤੀ ਹੋਸਪਿਟਲ ਰੈਸ ਕਰਾਇਆ ਗਿਆ ਸੀ ਹੁਣ ਇਲਾਜ ਚੱਲ ਰਿਹਾ ਜੀ ਧੰਨਵਾਦ ਰਣਧੀਰ ਕੁਮਾਰ ਜੀ ਜਿਸ ਢੰਗ ਦੇ ਨਾਲ ਇਹ ਵਿਅਕਤੀ ਜਿਹੜਾ ਸੀਗਾ ਇਸ ਤੇ NI ਦੀ ਰੇਡ ਹੋਈ ਤੇ ਇਸ ਤੇ ਕੁਝ ਮਾਮਲੇ ਵੀ ਦਰਜ ਸੀ ਕਿ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਸ ਦਾ ਮੰਨਿਆ ਜਾਵੇ ਬਿਲਕੁਲ ਜੀ ਪਾਸਟ ਕ੍ਰਿਮੀਨਲ ਰਿਕਾਰਡ ਸੀ ਕਿ ਸੀ ਜੀ 2 ਮਰਡਰ ਤੇ ਪਹਿਲੇ ਪਰਚੀ ਵੀ ਦਰਜ ਸੀ NI ਦੇ ਵੀ ਰੇਡ ਹੋਏ ਸੀ ਜੀ ਜੀ ਹੁਣ ਤੱਕ ਦੀ ਜੇ ਕੋਈ ਜਾਣਕਾਰੀ ਸਾਹਮਣੇ ਆ ਸਕੀ ਆ ਕੋਈ ਹਮਲਾਵਰਾਂ ਬਾਰੇ ਕੋਈ ਕਲੂ ਪਤਾ ਲੱਗ ਸਕੇ ਸਾਰੇ CCTV ਚੈੱਕ ਕਰਾਇਆ ਜਾ ਰਹੇ ਹਨ ਤੇ ਜਿਹੜੀ ਫੋਰੈਂਸਿਕ ਟੀਮ ਵੀ ਆ ਗਈ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਜਿਹੜਾ ਹੈਗਾ ਤਫਤੀਸ਼ ਜਾਰੀ ਹੈ ਅਸੀਂ ਛੇਤੀ ਛੇਤੀ ਜਿਹੜੇ ਵੀ ਦੋਸ਼ੀ ਹਨ ਉਹਨੂੰ ਅਸੀਂ ਲੱਭ ਲਾਂਗੇ ਸਰ ਮਰਨ ਵਾਲਿਆਂ ਦੀ ਕੀ ਪਹਿਚਾਣ ਹੋ ਸਕੀ ਆ ਪਲੀਜ਼ ਜੇਕਰ ਦੱਸ ਸਕੋ ਇਸ ਵੈਰੀਫਾਈ ਕਰਕੇ ਮੈਂ ਤੁਹਾਨੂੰ ਦੱਸਦਾ ਬਿਲਕੁਲ ਰਣਧੀਰ ਕੁਮਾਰ SPD ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਔਰ ਇਹ ਬਹੁਤ ਇਨੀਸ਼ੀਅਲ ਸਟੇਜ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਿਹੜਾ ਬਿਆਨ ਹੈ ਉਹ ਸਾਹਮਣੇ ਆਇਆ ਹੈ ਜਦੋਂ ਗੱਲਬਾਤ ਕੀਤੀ ਸੀ ਨਿਊਜ਼ 18 ਨੇ ਉਹਨਾਂ ਨੇ ਕਿਹਾ ਕਿ ਅਸੀਂ ਤਫਤੀਸ਼ ਕਰ ਰਹੇ ਹਾਂ ਪਰ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਜਿਹੜੇ
ਨੇੜੇ ਤੋਂ ਆ ਕੇ ਇਹ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ, ਜਿਸ ਦੇ ਵਿੱਚ ਇਹ ਮਾਰੇ ਗਏ ਨੇ। ਔਰ ਖਾਸ ਤੌਰ 'ਤੇ ਜੋ ਦਿਲਦੀਪ ਹੈ ਇਸ 'ਤੇ ਦੱਸਿਆ ਜਾ ਰਿਹਾ NIA ਦੀ ਰੇਡ ਵੀ ਹੋਈ ਸੀ, ਔਰ ਨਾਲ ਹੀ ਇਸ 'ਤੇ ਕਤਲ ਦੇ ਮਾਮਲੇ ਵੀ ਦਰਜ ਨੇ। ਤਾਂ ਕੁੱਲ ਮਿਲਾ ਕੇ ਕ੍ਰਿਮੀਨਲ ਰਿਕਾਰਡ ਹੈ, ਬਾਕੀ ਜਿਹੜੇ ਨੇ ਉਹਨਾਂ ਦਾ ਅਜੇ ਤੱਕ ਕੁਝ ਸਾਹਮਣੇ ਨਹੀਂ ਆਇਆ। ਤਾਂ ਇਹ ਚਾਚੇ ਤਾਏ ਦੇ ਆਪਸ ਦੇ ਵਿੱਚ ਕਜ਼ਨਸ ਨੇ, ਸਾਰੇ ਜਿਹੜੇ 5 ਜਣੇ ਗੱਡੀ ਦੇ ਵਿੱਚ ਜਾ ਰਹੇ ਸੀ, ਗੁਰਦੁਆਰੇ ਦੇ ਕੋਲੋਂ ਦੀ ਲੰਘ ਰਹੇ ਸੀ। ਜੇਕਰ ਸਾਰੀ ਘਟਨਾ ਦੀ ਅਸੀਂ ਗੱਲ ਕੀਤੀ ਜਾਵੇ ਕਿ ਗੁਰਦੁਆਰੇ ਦੇ ਸਾਹਮਣੇ ਕਿਵੇਂ ਘਟਨਾ ਵਾਪਰਦੀ ਹੈ, ਉੱਥੇ ਖੜੇ ਨਹੀਂ ਸੀ, ਉੱਥੋਂ ਦੀ ਕੋਲੋਂ ਦੀ ਲੰਘ ਰਹੇ ਸੀ। ਤਾਂ ਦੋ ਬਾਈਕਾਂ 'ਤੇ ਸਵਾਰ ਹੋ ਕੇ ਇਹ ਹਮਲਾਵਰ ਆਉਂਦੇ ਨੇ। ਇਹਨਾਂ ਨੇ ਆ ਕੇ ਸਿੱਧਾ ਇੱਕ ਜਿਹੜੀ ਬਾਈਕ ਹੈ ਉਹ ਗੱਡੀ ਦੇ ਅੱਗੇ ਲਗਾਈ ਹੈ ਔਰ ਦੂਸਰੇ ਨੇ ਪਿੱਛੇ। ਤਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਘੇਰਾ ਪਾਇਆ ਔਰ ਗੱਡੀ ਰੋਕ ਕੇ ਇਹਨਾਂ 'ਤੇ ਸ਼ਰੇਆਮ ਤਾਬੜ ਤੋੜ ਫਾਇਰਿੰਗ ਦਿਨ ਦਿਹਾੜੇ ਸ਼ੁਰੂ ਕਰ ਦਿੱਤੀ। ਹਾਲਾਂਕਿ ਸਰੇ ਬਾਜ਼ਾਰ ਬਹੁਤ ਸਾਰੇ ਲੋਕ ਉੱਥੇ ਦਿਨ ਦਿਹਾੜੇ ਹੋਣਗੇ, ਤਾਂ ਉਸ ਮੌਕੇ 'ਤੇ ਇਹਨਾਂ ਨੇ ਇੰਨੀ ਜ਼ਿਆਦਾ ਤੇਜ਼ ਫਾਇਰਿੰਗ ਕੀਤੀ, 20 ਤੋਂ ਜ਼ਿਆਦਾ ਗੋਲੀਆਂ ਚਲਾਈਆਂ ਨੇ। ਪੁਲਿਸ ਵੀ ਦੱਸ ਰਹੀ ਹੈ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਨੇ ਔਰ ਅਸੀਂ ਇੱਥੇ ਮੌਕਾ ਜਿਹੜਾ ਦੇਖਿਆ ਹੈ, ਬਹੁਤ ਸਾਰੇ ਰੋਨ ਜਿਹੜੇ ਨੇ ਖਾਲੀ ਬਰਾਮਦ ਹੋਏ। ਫਿਰ ਹਮਲਾਵਰ ਪਿੱਛੋਂ ਆਏ ਆ, ਪਤਾ ਨਹੀਂ ਇਧਰੋਂ ਗੋਈ ਨਿਕਲਿਆ, ਗੋਈ ਉਹ ਡਗਾ, ਗੋਈ ਆਏ ਨਾ, ਉਹ ਗੋਈ ਆਏ। ਅੱਛਾ, ਨਹੀਂ ਸੀ ਇੱਥੇ, ਅੱਛਾ ਤੇ ਬਾਹਰ ਇੱਥੇ ਹੈਗਾ ਜੀ, ਤੇ ਗੱਡੀ ਦੇ ਉਹਨਾਂ ਨੇ ਫਾਇਰ ਕੀਤੇ ਜੀ। ਮੈਨੂੰ ਇੰਨਾ ਹੀ ਪਤਾ ਨਹੀਂ, ਮੈਂ ਦੇਖਿਆ ਤੇ ਜੇ ਹੈ ਤਾਂ ਹੋਏ, ਦੇਖਦੇ ਪਏ ਤੁਹਾਨੂੰ ਕਾਰ ਤੇ ਤੁਸੀਂ ਦੇਖ ਹੀ ਆਏ, ਤੁਹਾਨੂੰ ਪਤਾ ਲੱਗੇਗਾ ਜਦ ਸਾਰਾ ਕੁਝ ਕੀ ਪਤਾ ਚੱਲੇ। ਬਿਲਕੁਲ, ਪਿਤਾ ਦਾ ਬਿਆਨ ਆਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ ਕਾਰ ਦੇ ਵਿੱਚ ਸਨ ਔਰ ਗੱਡੀ 'ਤੇ ਫਾਇਰ ਲੱਗੇ ਹੋਏ ਨੇ। ਤਾਂ ਬੁਲਟਸ ਦੇ ਨਿਸ਼ਾਨ ਅਸੀਂ ਤੁਹਾਨੂੰ ਲਗਾਤਾਰ ਇਹ ਤਸਵੀਰ ਦਿਖਾ ਰਹੇ ਹਾਂ, ਜਿਨ੍ਹਾਂ ਨੂੰ ਗਿਣਿਆ ਵੀ ਜਾ ਸਕਦਾ ਹੈ। 10 ਗੋਲੀਆਂ ਕੁੱਲ ਗੱਡੀ 'ਤੇ ਲੱਗੀਆਂ ਨੇ, 20 ਦੇ ਉਹ ਜ਼ਿਆਦਾ ਜਿਹੜੀਆਂ ਗੋਲੀਆਂ ਨੇ ਮੌਕੇ 'ਤੇ ਚਲਾਈਆਂ ਗਈਆਂ ਨੇ। ਇਹ 5 ਦੇ 5 ਜਿਹੜੇ ਚਾਚੇ ਤਾਏ ਦੇ ਬੇਟੇ ਔਰ ਬੇਟੀ ਦੱਸੇ ਜਾ ਰਹੇ ਨੇ, ਯਾਨੀ ਕਿ ਭੈਣ ਭਰਾ ਕਜ਼ਨਸ ਜਿਹੜੇ ਗੱਡੀ ਦੇ ਵਿੱਚ ਬੈਠੇ ਹੋਏ ਸਨ। ਤਾਂ ਇੱਕਦਮ ਤੋਂ ਸਭ ਤੋਂ ਪਹਿਲਾਂ ਲੜਕੀ ਦੀ ਮੌਤ ਹੁੰਦੀ ਹੈ ਗੋਲੀਆਂ ਲੱਗਣ ਦੇ ਨਾਲ, ਉਸ ਤੋਂ ਬਾਅਦ 2 ਜਣੇ ਜਿਹੜੇ ਦਿਲਦੀਪ ਨੇ ਔਰ ਆਕਾਸ਼ਦੀਪ ਹੈ, ਉਹਨਾਂ ਦੋਨਾਂ ਨੂੰ ਵੀ ਬਹੁਤ ਹੀ ਜ਼ਖਮੀ ਹਾਲਤ ਦੇ ਵਿੱਚ ਉਹ ਹੇਠਾਂ ਡਿੱਗ ਜਾਂਦੇ ਨੇ। ਤਾਂ ਫਿਰ ਜਿੰਨੀ ਦੇਰ ਤੱਕ ਜੋ ਸਾਡੇ ਸਹਿਯੋਗੀ ਜਾਣਕਾਰੀ ਮੰਦੀ ਦੇ ਰਹੇ ਨੇ, ਜਿੰਨੀ ਦੇਰ ਤੱਕ ਉਹਨਾਂ ਨੇ ਨਹੀਂ ਦੇਖਿਆ ਕਿ ਇਹ ਬਿਲਕੁਲ ਮਰਨ ਦੀ ਹਾਲਤ ਹੋ ਚੁੱਕੇ ਨੇ, ਉਦੋਂ ਤੱਕ ਇਹ ਹਮਲਾਵਰ ਉੱਥੋਂ ਨਹੀਂ ਗਏ। ਯਾਨੀ ਕਿ ਸਾਫ਼ ਤੌਰ 'ਤੇ ਅੰਦਾਜ਼ਾ ਲੱਗਦਾ, ਸਾਫ਼ ਤੌਰ 'ਤੇ ਪਹਿਲੀ ਦਫ਼ਾ ਦੇ ਵਿੱਚ ਵੇਖਿਆ ਜਾ ਸਕਦਾ ਕਿ ਮਾਰਨ ਦੀ ਮਨਸ਼ਾ ਦੇ ਨਾਲ ਹੀ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਔਰ ਜਦੋਂ ਵੇਖਿਆ ਕਿ ਇਹ ਬਹੁਤ ਬੁਰੀ ਹਾਲਤ ਦੇ ਵਿੱਚ ਇਹ ਦੋਨੋਂ ਡਿੱਗ ਜਾਂਦੇ ਨੇ, ਤਾਂ ਉਸ ਤੋਂ ਬਾਅਦ ਉਹ ਫਿਰ ਬਾਈਕ ਲੈ ਕੇ, ਇੱਕ ਬਾਈਕ ਉਹਨਾਂ ਦਾ, ਦੂਜਾ ਬਾਈਕ ਉਹਨਾਂ ਦਾ ਖਰਾਬ ਹੋ ਗਿਆ ਸੀ ਹਮਲਾਵਰਾਂ ਦਾ, ਜੋ ਜਾਣਕਾਰੀ ਮਿਲੀ ਹੈ। ਔਰ ਉੱਥੇ ਹੀ ਕਿਸੇ ਹੋਰ ਤੋਂ ਬਾਈਕ ਜਿਹੜੀ ਹੈ ਉਹਨਾਂ ਨੇ ਪਿਸਤੌਲ ਦੀ ਨੋਕ 'ਤੇ ਖੋਈ, ਤਾਂ ਉਹ ਜਿਹੜੇ ਫਰਾਰ ਹੋ ਗਏ ਨੇ। 4 ਜਣੇ ਦੱਸੇ ਜਾ ਰਹੇ ਨੇ ਜਿਹੜੇ ਬਾਈਕਾਂ 'ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਹਮਲਾ ਕੀਤਾ। ਔਰ ਸਭ ਤੋਂ ਵੱਡੀ ਗੱਲ, ਉਹਨਾਂ ਨੇ ਮੂੰਹ ਢੱਕੇ ਹੋਏ ਸਨ, ਪੂਰਾ ਅਸੀਂ ਕਹਿ ਸਕਦੇ ਹਾਂ ਫਿਲਮੀ ਸਟਾਈਲ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਔਰ ਪਹਿਲਾਂ ਤੋਂ ਹੀ ਉਹਨਾਂ ਦੇ ਕੋਲ ਜਾਣਕਾਰੀ ਵੀ ਹੋਏਗੀ, ਤਾਂ ਇਹ ਵੀ ਇਸ ਦੇ ਵਿੱਚ ਬਹੁਤ ਅਹਿਮ ਪੁਆਇੰਟ ਹੈ ਕਿ ਰੇਕੀ ਕੀਤੀ ਹੋਏਗੀ ਔਰ ਰੇਕੀ ਕਰਕੇ ਉਹਨਾਂ ਦਾ ਪਤਾ ਲਗਾਇਆ ਗਿਆ ਹੋਏਗਾ ਕਿ ਇਹ ਗੱਡੀ ਦੇ ਵਿੱਚ ਸਾਰੇ ਜਣੇ 5 ਦੇ 5 ਸਵਾਰ ਹੋ ਕੇ ਜਾ ਰਹੇ ਨੇ। ਇਸ ਤੋਂ ਇਲਾਵਾ 2 ਇਹਨਾਂ ਦੇ ਹੋਰ ਭਰਾ ਨੇ, ਉਹ ਅਜੇ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਹਾਲਾਂਕਿ ਹੁਣ ਤੱਕ ਦੀ ਜੋ ਜਾਣਕਾਰੀ ਹੈ ਕਿ ਵਜ੍ਹਾ ਕੀ ਹੋ ਸਕਦੀ ਹੈ ਇਹੀ ਦੱਸਿਆ ਜਾ ਰਿਹਾ। ਇੱਕ ਤਾਂ ਗੈਂਗਵਾਰ ਦਾ ਖਦਸ਼ਾ ਜਤਾਇਆ ਜਾ ਰਿਹਾ, ਦੂਸਰਾ ਆਪਸੀ ਰੰਜਿਸ਼, ਕਿਉਂਕਿ ਪਹਿਲਾਂ ਤੋਂ ਕੋਈ ਮਸਲਾ ਹੋਏਗਾ। ਇਸ ਦੀ ਵਜ੍ਹਾ ਦੇ ਨਾਲ ਆਏ ਨੇ ਹਮਲਾਵਰ, ਉਹਨਾਂ ਨੇ ਆ ਕੇ ਫਾਇਰਿੰਗ ਸਿੱਧੀ ਕਰ ਦਿੱਤੀ, ਕਤਲ ਕਰਕੇ ਉਹ ਫਰਾਰ ਹੋ ਜਾਂਦੇ ਨੇ। ਔਰ ਦੂਸਰਾ ਸਭ ਤੋਂ ਅਹਿਮ ਹੈ ਕਿ ਆਖਰਕਾਰ ਇਹ ਜਿਹੜੇ ਮੂੰਹ ਢੱਕ ਕੇ ਬਦਮਾਸ਼ ਆਏ ਨੇ, ਇਹਨਾਂ ਨੂੰ ਕਿਸੇ ਨੇ ਭੇਜਿਆ ਹੋ ਸਕਦਾ ਹੈ, ਇਹ ਵੀ ਕਿਤੇ ਨਾ ਕਿਤੇ ਅਹਿਮ ਪੁਆਇੰਟ ਹੈ। ਔਰ ਕਿਉਂਕਿ ਹੁਣ ਤੱਕ ਇਹਨਾਂ 5 ਦੇ ਵਿੱਚੋਂ ਇਹ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਸਿਰਫ ਦਿਲਦੀਪ ਦਾ ਹੀ ਹੈ,
ਜੋ ਲਗਾਤਾਰ ਅਸੀਂ ਤਸਵੀਰ ਵੀ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ। ਦਿਲਦੀਪ 27 ਸਾਲ ਉਮਰ ਹੈ, ਜਿਸ ਤੇ ਦੋ ਮਾਮਲੇ ਦਰਜ ਨੇ ਕਤਲ ਦੇ, ਔਰ ਐਨਆਈਏ ਦੀ ਰੇਡ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ। ਐਨਆਈਏ ਦੀ ਰੇਡ ਜਿਹੜੀ ਹੈ ਉਹ ਵੀ ਇਸਦੇ ਘਰ ਤੇ ਹੋ ਚੁੱਕੀ।